ਮੈਂ ਸਰਨ ਸਿੰਘ ਫਿਰੋਜ਼ਪੁਰ ਤੋਂ ਨਾਲ ਪਿੰਡ ਸੈਦੇਕਲ ਹੇਲਾ ਬੋਲਦਾ ਹਾਂ ਅਤੇ ਮੈਂ ਆਪਣੇ ਜ਼ਿਆਦਾ ਵਜਨ ਵਾਲੇ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਅਤੇ ਦੂਸਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹਾਂ ਅਤੇ ਆਪਦੀ ਜ਼ਿੰਦਗੀ ਬਾਰੇ 5 ਕੁ ਮਿੰਟ ਸੱਤ ਮੈਂ ਤੁਹਾਡੇ ਲੈਣੇ ਨਾ 5 ਕੁ ਮਿੰਟ ਵਾਸਤੇ ਦੱਸਦਾ ਹਾਂ। ਮੇਰਾ ਤਕਰੀਬਨ 10 ਸਾਲ ਤੋਂ ਲੈ ਕੇ ਅਤੇ ਵਜ਼ਨ ਵੱਧਦਾ ਗਿਆ ਵੱਧਦਾ ਗਿਆ। 1 ਕੁਇੰਟਲ 40 ਕਿਲੋ ਵਜ਼ਨ ਮੇਰਾ ਹੋ ਗਿਆ ਸੀ ਅਤੇ ਜਿਹਦਾ ਮੈਂ ਕਈਆਂ ਤਰੀਕਿਆਂ ਦੇ ਨਾਲ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਕਿ ਖਾਣਾ ਘੱਟ ਕਰ ਦੇਣਾ, ਸੈਰ ਕਰਨਾ, ਦਵਾਈਆਂ ਖਾਣੀਆਂ, ਕਈ ਕੁਛ ਕੀਤਾ ਅਤੇ ਉਹ ਵਜ਼ਨ ਨਹੀਂ ਘਟਿਆ, ਸਗੋਂ ਮੋਢੇ ਜਿਹੜੇ ਉਹ ਇਸ ਤਰ੍ਹਾਂ ਰਹਿ ਗਏ ਸੀਗੇ ਜੇ ਮੈਂ ਪੱਗ ਬੰਨਣ ਲੱਗਣੀ ਸੀ ਅਤੇ ਦੌੜ ਲੜ ਲਿਆ ਕੇ ਅਤੇ ਬਾਹਾਂ ਥੱਲੇ ਸੁੱਟ ਕੇ ਬਹਿ ਜਾਂਦਾ ਸਾਂ ਵੀ ਇੰਨੀ ਥਕਾਵਟ ਹੋ ਜਾਂਦੀ ਸੀ। ਜੇ ਤੁਰਨਾ ਸੀ ਤਾਂ ਮੈਂ ਕਿਸੇ ਦੇ ਮੋਢੇ ਜਾ ਥਰਾ ਕੇ ਤੁਰਦਾ ਸਾਂ। ਹਾਲਾਂਕਿ ਮੇਰੀ ਉਮਰ 60 ਸਾਲ ਦੀ ਸੀ ਅਤੇ 10 ਸਾਲ ਪਹਿਲੇ 50 ਸਾਲ ਤੋਂ ਲੈ ਕੇ ਮੈਨੂੰ ਮੁਸ਼ਕਲ ਸ਼ੁਰੂ ਹੋ ਗਈ ਸੀ ਅਤੇ ਮੈਂ ਡਾਕਟਰ ਅਮਿਤ ਸੂਦ ਜੀ ਨੂੰ ਮਿਲਿਆ ਇਹਦੇ ਬਾਰੇ। ਉਹਨਾਂ ਕਿਹਾ ਕਿ ਤੁਸੀਂ ਵਜ਼ਨ ਨੂੰ ਘੱਟ ਕਰੋ ਅਤੇ ਮੈਂ ਕਿਸ ਤਰ੍ਹਾਂ ਵਜ਼ਨ ਘੱਟ ਕਰੀਏ ਅਤੇ ਉਹ ਕਹਿੰਦੇ ਵੀ ਤੁਸੀਂ ਆਪਰੇਸ਼ਨ ਕਰਾਓ। ਉਹਨਾਂ ਮੈਨੂੰ ਕੋਈ ਫੋਟੋਆਂ ਦਿਖਾਈਆਂ, ਕੋਈ ਵੀਡੀਓ ਦਿਖਾਈਆਂ ਅਤੇ ਮੈਂ ਆਪਣਾ ਮਨ ਬਣਾਇਆ ਵੀ ਜ਼ਿੰਦਗੀ ਜਿਹੜੀ ਬਹੁਤ ਪਰੇਸ਼ਾਨੀ ਵਾਲੀ ਹੈ। ਇੱਕ ਤਾਂ ਮੈਂ ਬਲੱਡ ਦੀ ਗੋਲੀ ਖਾਂਦਾ ਸੀ, ਇੱਕ ਸ਼ੂਗਰ ਦੀ ਖਾਂਦਾ ਸੀ, ਇੱਕ ਹਾਰਟ ਦੀ ਖਾਂਦਾ ਸੀ, ਖੂਨ ਪਤਲੇ ਦੀ, ਜਲੌੜਕ ਦੀ, 7 ਤੱਕ ਮੈਂ ਦਵਾਈਆਂ ਖਾਂਦਾ ਸੀ ਅਤੇ ਮੈਂ ਮਨ ਬਣਾ ਲਿਆ ਅਤੇ ਪਿਛਲੇ ਸਾਲ ਕੋਈ 1.25 ਸਾਲ ਹੋ ਗਿਆ, ਮੈਂ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਆਪਰੇਸ਼ਨ ਕਰਾਇਆ ਸੀ। 300 ਗ੍ਰਾਮ ਰੋਜ਼ ਦਾ ਮੇਰਾ ਵਜ਼ਨ ਘੱਟਦਾ ਗਿਆ। ਜਿਉਂ ਜਿਉਂ ਵਜ਼ਨ ਘੱਟਦਾ ਗਿਆ ਮੇਰੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਗਿਆ, ਮੈਨੂੰ ਆਪਣੇ ਆਪ ਨੂੰ ਹਲਕਾ ਲੱਗਣ ਲੱਗ ਪਿਆ, ਮੈਂ ਕੰਮ ਕਰਦਾ ਗਿਆ। ਹੁਣ ਮੇਰਾ ਵਜ਼ਨ 62 ਕਿਲੋ ਘੱਟ ਗਿਆ, ਸਿਰਫ 78 ਕਿਲੋ ਰਹਿ ਗਿਆ। 1 ਕੁਇੰਟਲ 40 ਕਿਲੋ ਸੀ ਤਾਂ ਸਿਰਫ 78 ਕਿਲੋ ਰਹਿ ਗਿਆ ਅਤੇ ਹੁਣ ਮੈਂ ਕੰਮ ਬਹੁਤ ਵਧੀਆ ਕਰਦਾ ਰਹਿੰਦਾ ਹਾਂ। ਮੈਂ ਗਾਵਾਂ ਮੱਝਾਂ ਵੀ ਰੱਖਿਆ ਨੇ, ਚੋਂਦਾ ਵੀ ਹਾਂ, ਉਹਨਾਂ ਨੂੰ ਪੱਠੇ ਵੀ ਪਾਉਂਦਾ ਹੈ, ਤੜਕੇ ਉੱਠ ਬਿਨਾਂ ਨਹਾਉਣ ਧੋਣ ਦਾ, ਕੱਪੜੇ ਪਾਉਣ ਦਾ ਮੈਨੂੰ ਕੋਈ ਮੁਸ਼ਕਲ ਨਹੀਂ, ਬਹੁਤ ਹੀ ਵਧੀਆ ਹੈ। ਜਿੱਥੇ ਮੈਂ ਡਾਕਟਰ ਅਮਿਤ ਸੂਦ ਜੀ ਦਾ ਧੰਨਵਾਦ ਕਰਦਾ ਹਾਂ, ਉੱਥੇ ਭੈਣ ਭਰਾ ਨੂੰ ਬੇਨਤੀ ਵੀ ਕਰਦਾ ਕਿ ਆਪਣੇ ਸਰੀਰ ਨੂੰ ਵਧੀਆ ਬਣਾਉਣ ਵਾਸਤੇ ਤੁਸੀਂ ਆਪਣਾ ਆਪਰੇਸ਼ਨ ਕਰਾਓ ਅਤੇ ਵਜ਼ਨ ਨੂੰ ਘਟਾਓ ਅਤੇ ਬਿਮਾਰੀਆਂ ਨੂੰ ਭਜਾਓ। ਅੱਜ ਮੈਂ 1 ਵੀ ਗੋਲੀ ਨਹੀਂ ਖਾਂਦਾ, ਬਲੱਡ ਦੀ ਵੀ ਨਹੀਂ, ਸ਼ੂਗਰ ਦੀ, ਆਮ ਲੋਕ ਖਾਂਦੇ ਨੇ, ਮੈਂ ਕੋਈ ਗੋਲੀ ਨਹੀਂ ਖਾਂਦਾ। ਹੁਣ ਮੈਂ ਵਧੀਆ ਤੰਦਰੁਸਤ ਹਾਂ ਅਤੇ ਕੰਮਕਾਰ ਵੀ ਕਰਦਾ ਹਾਂ ਅਤੇ ਮੈਂ ਹਰ ਵੇਲੇ ਡਾਕਟਰ ਅਮਿਤ ਸੂਦ ਜੀ ਦਾ ਧੰਨਵਾਦ ਇਹਨਾਂ ਕੋਲ ਕਰਦਾ ਹਾਂ ਕਿ ਜਿਸ ਤਰ੍ਹਾਂ ਇੱਕ ਦੂਸਰਾ ਰੱਬ ਹੁੰਦਾ ਹੈ ਅਤੇ ਸਟਾਫ ਵੀ ਐਡਾ ਵਧੀਆ ਹੈ। ਜਦੋਂ ਇੱਥੇ ਆਈਦਾ ਨਾ ਅਤੇ ਉਦੋਂ ਇਸ ਤਰ੍ਹਾਂ ਸਮਝਾਉਂਦੇ ਨੇ ਜਿਵੇਂ ਆਪਦੇ ਪਰਿਵਾਰ ਦੇ ਜੀਵ ਨੂੰ ਸਮਝਾਈਦਾ ਵੀ ਤੁਸੀਂ ਆਹ ਵੀ ਖਾਣਾ ਹੈ, ਆਹ ਵੀ ਖਾਣਾ ਹੈ, ਆਹ ਦਵਾਈ ਨਹੀਂ ਲੈਣੀ, ਆਹ ਪਰਹੇਜ਼ ਜ਼ਰੂਰ ਕਰਨਾ ਹੈ ਅਤੇ ਬਹੁਤ ਪ੍ਰੇਮ ਦੇ ਨਾਲ ਸਮਝਾਉਂਦੇ ਨੇ ਅਤੇ ਬਹੁਤ ਵਧੀਆ। ਮੈਂ ਪਛਤ ਆਉਂਦਾ ਕਿ ਮੈਂ 10 ਸਾਲ ਪਹਿਲਾਂ ਕਰਾਉਣਾ ਚਾਹੀਦਾ ਸੀ ਪ੍ਰੇਸ਼ਨ, ਮੈਂ 50 ਸਾਲ ਦੀ ਉਮਰ ਵਿੱਚ ਕਰਾਉਂਦਾ ਅਤੇ ਮੈਂ ਅੱਜ ਬੁਢਾਪਾ ਮੈਨੂੰ ਨਹੀਂ ਸੀ ਲੱਗਣਾ, ਫਿਰ ਵੀ ਅੱਜ ਮੈਨੂੰ ਬੁਢਾਪਾ ਨਹੀਂ ਲੱਗ ਰਿਹਾ। ਮੈਂ ਜ਼ਿੰਦਗੀ ਇਸ ਤਰ੍ਹਾਂ ਹੀ ਲੱਗਦੀ ਵੀ ਜਿਵੇਂ 20 ਸਾਲ ਮੇਰੀ ਉਮਰਾਂ ਵੱਧ ਗਈ ਹੈ ਅਤੇ ਮੇਰਾ ਕੰਮ ਕਰਨ ਨੂੰ ਜੀ ਕਰਦਾ। ਲੋਕ ਤਾਂ ਕਹਿੰਦੇ ਤੂੰ ਪਤਲਾ ਹੋ ਗਿਆ, ਕਮਜ਼ੋਰ ਜਿਹਾ ਹੋ ਗਿਆ, ਪਰ ਮੈਂ ਤਾਂ ਆਪਣੇ ਆਪ 'ਚ ਤਗੜਾ ਹੋ ਗਿਆ। ਮੈਂ ਹੁਣ ਆਪਣੇ ਉਹਦੇ 'ਚ ਕੰਮ, ਮੇਰਾ ਦਿਲ ਕਰਦਾ ਕਿ ਮੈਂ ਕੰਮ ਕਰਾਂ ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਦੇ 'ਚ ਕੋਈ ਤਕਲੀਫ ਨਹੀਂ, ਸਿਰਫ 2 ਰਾਤਾਂ ਆਪਾਂ ਆਪਦੀ ਮਰਜ਼ੀ ਨਾਲ ਲਾਉਂਦੇ ਹਾਂ ਹਸਪਤਾਲ ਦੇ ਵਿੱਚ ਅਤੇ 2-3 ਟਾਂਕੇ ਲਾਉਂਦੇ ਨੇ ਅਤੇ ਆਪਰੇਸ਼ਨ ਹੋ ਜਾਂਦਾ ਅਤੇ ਫਿਰ ਜਿਵੇਂ ਜਿਵੇਂ ਵਜ਼ਨ ਘੱਟਦਾ ਜਾਂਦਾ ਦਿਨ, ਅਗਲਾ ਦਿਨ ਨਵਾਂ ਤੋਂ ਵੀ ਵਧੀਆ ਦਿਨ ਚੜ੍ਹਦਾ ਹੈ। ਬਹੁਤ ਆਨੰਦ ਆਉਂਦਾ ਜ਼ਿੰਦਗੀ ਦਾ ਅਤੇ ਸਾਰੇ ਭੈਣ ਭਰਾ ਮੈਂ ਜਿੱਥੇ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ, ਆਪ ਜੀ ਨੂੰ ਅਪੀਲ ਕਰਦਾ ਕਿ ਤੁਸੀਂ ਮੋਟਾਪਾ ਭਜਾਓ ਅਤੇ ਸੁਖੀ ਜੀਵਨ ਜੀਵੋ। ਧੰਨਵਾਦ ਜੀ।